100% ਇਨਡਿਸਿਪਲਿਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ। ਆਰਗੇਨਾਈਜੇਸ਼ਨ ਜਨਾਬ ਕਿੱਦਾਂ ਚੱਲੇਗੀ, ਤੁਹਾਡਾ ਇੱਕ ਅਦਾਰਾ ਜਿਹੜਾ ਮੀਡੀਆ ਅਦਾਰਾ ਕਿੱਦਾਂ ਚੱਲੇਗਾ, ਜੇ ਤੁਸੀਂ ਆਪਦੇ CEO ਦੀ, ਜੇ ਤੁਸੀਂ ਆਪਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਬਣਾਉਣੇ ਹੋ, ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ, ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ, ਤੁਸੀਂ ਕਿਹਾ ਨਹੀਂ ਦੱਖਣ ਨਹੀਂ ਜਾਣਾ, ਅੱਜ ਮੈਂ ਉੱਤਰ ਵੱਲ ਜਾਣਾ ਹੈ, ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ। ਸੇਮ ਇਟਸ ਦਾ ਸਿਸਟਮ ਇਨ ਪਾਰਟੀ, ਅਗਰ ਕੋਈ ਫੋਲੋ ਅਪ ਨਹੀਂ ਕਰੇਗਾ ਤਾਂ ਨੈਚੁਰਲੀ ਉਹ ਇਨਡਿਸਿਪਲਿਨ ਹੈ ਤੇ ਇਨਡਿਸਿਪਲਿਨ ਦੀ ਕਾਰਵਾਈ ਉਹਦੇ ਤੇ ਬਣਦੀ ਹੈ। ਦੇਖੋ ਜਿਹੜਾ ਵਿਅਕਤੀ ਵੀ ਇਨਡਿਸਿਪਲਿਨ ਕ੍ਰੀਏਟ ਕਰ ਰਿਹਾ, ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ, ਉਹ ਜਿਹੜਾ ਕੰਮ ਕਰਨਾ ਉਹ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਨੇ ਕਰਨਾ, ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ। ਸੋ ਕਿਉਂਕਿ ਸਾਡੀਆਂ ਵੀ ਲੇਅਰ ਹੈਗੀਆਂ ਨਾ, ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਮੰਨ ਲਓ ਉਹਨੂੰ ਕੱਢਣਾ, ਤਾਂ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ? ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ, ਚਾਹੇ ਉਹ ਮੈਂ ਇਨਡਿਸਿਪਲਿਨ ਕਰ ਰਿਹਾ ਚਾਹੇ ਕੋਈ ਹੋਰ ਕਰ ਰਿਹਾ, ਨਿਰੰਤਰ ਹਾਈਕਮਾਂਡ ਨਜ਼ਰ ਬਣਾਏ ਵੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ। 100% ਇਨਡਿਸਿਪਲਿਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ। ਆਰਗੇਨਾਈਜੇਸ਼ਨ ਜਨਾਬ ਕਿੱਦਾਂ ਚੱਲੇਗੀ, ਤੁਹਾਡਾ ਇੱਕ ਅਦਾਰਾ ਜਿਹੜਾ ਮੀਡੀਆ ਅਦਾਰਾ ਕਿੱਦਾਂ ਚੱਲੇਗਾ, ਜੇ ਤੁਸੀਂ ਆਪਦੇ CEO ਦੀ, ਜੇ ਤੁਸੀਂ ਆਪਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਬਣਾਉਣੇ ਹੋ, ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ, ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ, ਤੁਸੀਂ ਕਿਹਾ ਨਹੀਂ ਦੱਖਣ ਨਹੀਂ ਜਾਣਾ, ਅੱਜ ਮੈਂ ਉੱਤਰ ਵੱਲ ਜਾਣਾ ਹੈ, ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ। ਸੇਮ ਇਟਸ ਦਾ ਸਿਸਟਮ ਇਨ ਪਾਰਟੀ, ਅਗਰ ਕੋਈ ਫੋਲੋ ਅਪ ਨਹੀਂ ਕਰੇਗਾ ਤਾਂ ਨੈਚੁਰਲੀ ਉਹ ਇਨਡਿਸਿਪਲਿਨ ਹੈ ਤੇ ਇਨਡਿਸਿਪਲਿਨ ਦੀ ਕਾਰਵਾਈ ਉਹਦੇ ਤੇ ਬਣਦੀ ਹੈ। ਦੇਖੋ ਜਿਹੜਾ ਵਿਅਕਤੀ ਵੀ ਇਨਡਿਸਿਪਲਿਨ ਕ੍ਰੀਏਟ ਕਰ ਰਿਹਾ, ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ, ਉਹ ਜਿਹੜਾ ਕੰਮ ਕਰਨਾ ਉਹ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਨੇ ਕਰਨਾ, ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ। ਸੋ ਕਿਉਂਕਿ ਸਾਡੀਆਂ ਵੀ ਲੇਅਰ ਹੈਗੀਆਂ ਨਾ, ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਮੰਨ ਲਓ ਉਹਨੂੰ ਕੱਢਣਾ, ਤਾਂ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ? ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ, ਚਾਹੇ ਉਹ ਮੈਂ ਇਨਡਿਸਿਪਲਿਨ ਕਰ ਰਿਹਾ ਚਾਹੇ ਕੋਈ ਹੋਰ ਕਰ ਰਿਹਾ, ਨਿਰੰਤਰ ਹਾਈਕਮਾਂਡ ਨਜ਼ਰ ਬਣਾਏ ਵੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ। 100% ਇਨਡਿਸਿਪਲਿਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ। ਆਰਗੇਨਾਈਜੇਸ਼ਨ ਜਨਾਬ ਕਿੱਦਾਂ ਚੱਲੇਗੀ, ਤੁਹਾਡਾ ਇੱਕ ਅਦਾਰਾ ਜਿਹੜਾ ਮੀਡੀਆ ਅਦਾਰਾ ਕਿੱਦਾਂ ਚੱਲੇਗਾ, ਜੇ ਤੁਸੀਂ ਆਪਦੇ CEO ਦੀ, ਜੇ ਤੁਸੀਂ ਆਪਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਬਣਾਉਣੇ ਹੋ, ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ, ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ, ਤੁਸੀਂ ਕਿਹਾ ਨਹੀਂ ਦੱਖਣ ਨਹੀਂ ਜਾਣਾ, ਅੱਜ ਮੈਂ ਉੱਤਰ ਵੱਲ ਜਾਣਾ ਹੈ, ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ। ਸੇਮ ਇਟਸ ਦਾ ਸਿਸਟਮ ਇਨ ਪਾਰਟੀ, ਅਗਰ ਕੋਈ ਫੋਲੋ ਅਪ ਨਹੀਂ ਕਰੇਗਾ ਤਾਂ ਨੈਚੁਰਲੀ ਉਹ ਇਨਡਿਸਿਪਲਿਨ ਹੈ ਤੇ ਇਨਡਿਸਿਪਲਿਨ ਦੀ ਕਾਰਵਾਈ ਉਹਦੇ ਤੇ ਬਣਦੀ ਹੈ। ਦੇਖੋ ਜਿਹੜਾ ਵਿਅਕਤੀ ਵੀ ਇਨਡਿਸਿਪਲਿਨ ਕ੍ਰੀਏਟ ਕਰ ਰਿਹਾ, ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ, ਉਹ ਜਿਹੜਾ ਕੰਮ ਕਰਨਾ ਉਹ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਨੇ ਕਰਨਾ, ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ। ਸੋ ਕਿਉਂਕਿ ਸਾਡੀਆਂ ਵੀ ਲੇਅਰ ਹੈਗੀਆਂ ਨਾ, ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਮੰਨ ਲਓ ਉਹਨੂੰ ਕੱਢਣਾ,
ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ? ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ, ਚਾਹੇ ਉਹ ਮੈਂ ਇਨਡਿਸਿਪਲਿਨ ਕਰ ਰਿਹਾ, ਚਾਹੇ ਕੋਈ ਹੋਰ ਕਰ ਰਿਹਾ। ਨਿਰੰਤਰ ਹਾਈਕਮਾਂਡ ਨਜ਼ਰ ਬਣਾਏ ਹੋਏ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ।